ਇਹਨਾਂ ਖਬਰਾਂ ਦੇ ਪ੍ਰਯੋਜਕ ਹਨ। ਗਿਲਕੋ ਗਰੁੱਪ ਮੋਹਾਲੀ ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ। ਪੰਜਾਬ ਦੇ ਬਰਨਾਲਾ ਖੇਤਰ ਵਿੱਚ ਆਪਣੀ ਹੀ ਇੱਕ ਗੁਆਂਢ ਨਾਲ ਰੰਗਰਲੀਆ ਮਨਾਉਂਦੇ ਫੜੇ ਗਏ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਕੇਵਲ ਸਿੰਘ ਢਿੱਲੋਂ ਦੇ ਪੀਏ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਪੰਜਾਬ ਭਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਵਿੱਚ ਇਹ ਪ੍ਰੇਮੀ ਜੋੜਾ ਨਾ ਸਿਰਫ ਮਾਫੀਆ ਮੰਗਦਾ ਨਜ਼ਰ ਆ ਰਿਹਾ ਬਲਕਿ ਲੋਕਾਂ ਵੱਲੋਂ ਪ੍ਰੇਮੀ ਜੋੜੇ ਨੂੰ ਤੋਹਮਤਾਂ ਦੇਣ ਦੇ ਨਾਲ ਨਾਲ ਗਾਲੀ ਗਲੋਚ ਵੀ ਸਾਫ਼ ਨਜ਼ਰ ਆ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਕਾਂਗਰਸੀ ਆਗੂ ਦੀ ਪਤਨੀ ਨੂੰ ਇਹ ਸੂਚਨਾ ਮਿਲੀ ਸੀ ਕਿ ਉਸਦਾ ਪਤੀ ਉਹਨਾਂ ਦੀ ਗੁਆਂਢ ਨਾਲ ਰੰਗ ਰਲੀਆਂ ਮਨਾਉਣ ਲਈ ਬਰਨਾਲਾ ਸਥਿਤ ਇੱਕ ਹੋਟਲ ਵਿੱਚ ਕਿਰਾਏ ਤੇ ਕਮਰਾ ਲੈ ਕੇ ਜਸ਼ਨ ਮਨਾਉਣ ਲਈ ਜਾ ਰਹੇ ਨੇ, ਜਿਸ ਨੇ ਉਸ ਸਮੇਂ ਤਾਂ ਚੁੱਪੀ ਧਾਰੀ ਰੱਖੀ ਪਰ ਪਤਨੀ ਵੱਲੋਂ ਪੁਲਿਸ ਦੀ ਮਦਦ ਨਾਲ ਇਸ ਪ੍ਰੇਮੀ ਜੋੜੇ ਨੂੰ ਨਾ ਸਿਰਫ ਰੰਗੇ ਹੱਥੀਂ ਕਾਬੂ ਕੀਤਾ ਗਿਆ ਬਲਕਿ ਖੂਬ ਛਿੱਤਰ ਪਰੇਡ ਵੀ ਕੀਤੀ ਗਈ, ਜਿਸ ਸੰਬੰਧੀ ਮੌਕੇ ਤੇ ਲੋਕਾਂ ਦਾ ਭਾਰੀ ਹਜ਼ੂਮ ਇਕੱਠਾ ਹੋ ਗਿਆ, ਜਿਨ੍ਹਾਂ ਇਸ ਸੰਬੰਧੀ ਮੋਬਾਈਲਾਂ ਤੇ ਵੀਡੀਓ ਬਣਾ ਲਈ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ। ਮੌਕੇ ਤੇ ਦੋਸ਼ੀ ਕਾਂਗਰਸੀ ਆਗੂ ਦੀ ਪਤਨੀ ਦਾ ਕਹਿਣਾ ਸੀ ਕਿ ਉਸਦਾ ਵਿਆਹ 12 ਸਾਲ ਪਹਿਲਾਂ ਉਕਤ ਨਾਲ ਹੋਇਆ ਸੀ ਜੋ ਕਿ ਉਸਦਾ ਉਸ ਨਾਲ ਦੂਜਾ ਵਿਆਹ ਸੀ ਕਿਉਂਕਿ ਉਸਦੀ ਪਹਿਲੀ ਘਰਵਾਲੀ ਦੀ ਮੌਤ ਹੋ ਗਈ ਸੀ। ਵਿਆਹ ਤੋਂ ਬਾਅਦ ਉਹ ਮੈਨੂੰ ਤੰਗ ਪਰੇਸ਼ਾਨ ਕਰਨ ਲੱਗਾ ਤੇ ਕਹਿਣ ਲੱਗਾ ਕਿ ਮੈਂ ਕਾਂਗਰਸੀ ਲੀਡਰ ਹਾਂ, ਮੇਰੀ ਥਾੜਿਆਂ ਵਿੱਚ ਪੂਰੀ ਚੱਲਦੀ ਹੈ ਅਤੇ ਮੈਨੂੰ ਜ਼ਬਰਦਸਤੀ ਘਰੋਂ ਬਾਹਰ ਕੱਢ ਦਿੱਤਾ ਅਤੇ ਉਸਦੇ ਸੰਬੰਧ ਸਾਡੀ ਗੁਆਂਢਣ ਨਾਲ ਬਣ ਗਏ। ਅੱਜ ਬਰਨਾਲਾ ਵਿਖੇ ਉਹ ਇੱਕ ਹੋਟਲ ਵਿੱਚ ਆਪਣੀ ਪ੍ਰੇਮਿਕਾ ਨਾਲ ਕਥਿਤ ਤੌਰ ਤੇ ਰੰਗ ਰਲੀਆ ਮਨਾਉਣ ਲਈ ਆਇਆ ਸੀ ਕਿ ਮੈਂ ਰੰਗੇ ਹੱਥੀਂ ਪੁਲਿਸ ਨੂੰ ਫੜਾ ਦਿੱਤਾ। ਉਸਦਾ ਦੋਸ਼ ਹੈ ਕਿ ਉਸਦੇ ਪਤੀ ਕੋਲ ਰਿਵੋਲਵਰ ਵੀ ਹੈ ਜਿਸ ਕਰਕੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਖਤਰਾ ਹੈ, ਇਸ ਲਈ ਉਸਦੀ ਰਿਵੋਲਵਰ ਵੀ ਜਮ੍ਹਾਂ ਕਰਵਾ ਲਈ ਜਾਵੇ। ਦੇਖੋ ਜੀ ਜਨਾਨੀ ਆ, ਜਨਾਨੀ ਆ, ਢਿੱਲੋਂ ਦਾ ਪੀਆ ਜੀ ਹੈ, ਪੱਤਰਕਾਰ ਸਾਹਿਬ ਬਾਹਰ ਨਿਕਲੋ, ਬਾਹਰ ਨਿਕਲੋ, ਫੜ ਦੋ ਆਪਣੇ ਆਪ ਨੂੰ ਸਾਰਾ ਪੀਏ ਕਰਨਾ ਹੈ, ਮਾਰਨਾ ਨਹੀਂ, ਟੀਨੂ ਆ ਜੀ ਗੱਲ ਵਾਰ ਤੋਂ ਜਨਾਨੀ ਆ ਜੀ ਸਾਡੀ ਭੈਣ ਆ ਜੀ, ਉਹ ਚੰਡੀਗੜ੍ਹ ਤੋਂ ਪੀਬੀਸੀ ਨਿਊਜ਼ ਲਈ ਬਿਊਰੋ ਰਿਪੋਰਟ। ਇਹਨਾਂ ਖਬਰਾਂ ਦੇ ਪ੍ਰਯੋਜਕ ਹਨ ਗਿਲਕੋ ਗਰੁੱਪ ਮੋਹਾਲੀ ਤੁਹਾਡੇ ਲਈ ਲੈ ਕੇ ਆਏ ਹਨ ਪਿਆਰ ਦੀਆਂ ਇਮਾਰਤਾਂ ਸੱਚ ਦੀ ਬੁਨਿਆਦ ਤੇ।